ਹੈਗੇ ਨੇ ਆ ਨੁਕਰਾਂ ਜੇ ਛੋਟੇ ਛੋਟੇ ਜਾਲੇ ਨੇ ਇਹ ਜਿਹੜੇ ਸਾਰੇ ਖਤਮ ਕਰਕੇ ਨਾ ਛੱਤ ਦੇ ਉੱਪਰ ਜਿਹੜਾ ਕੱਪੜਾ ਮਾਰਨਾ ਥੋੜਾ ਬਹੁਤ ਜਿਹਨੂੰ ਉਹ ਜਾਲੇ ਵਗੈਰਾ ਜਿਹੜੇ ਇੱਧੇ ਵੀ ਖੜੇ ਹੁੰਦੇ ਆ ਅੱਜ ਕੰਮ ਕਾਫੀ ਸਾਰਾ ਬਣ ਜਾਣਾ ਚਲੋ ਅੱਜ ਇਸ ਕਮਰੇ ਦੀ ਹੋ ਜਾਵੇਗੀ ਨਾ ਸਵੇਰੇ ਪਰਲੇ ਕਮਰੇ ਦੀ ਜਿਹੜਾ ਸੈਟਿੰਗ ਵਗੈਰਾ ਹੋ ਜਾਵੇਗੀ ਅੱਛਾ ਜੀ ਕਮਰੇ ਦੀ ਸੈਟਿੰਗ ਤਕਰੀਬਨ ਜਿਹੜਾ ਹੋ ਗਈ ਹੈ ਹੁਣ ਪਹਿਲੇ ਜਿਹੜਾ ਕਿਵੇਂ ਨਜ਼ਰ ਆ ਰਿਹਾ ਸੀ ਤੇ ਹੁਣ ਜਿਹੜਾ ਨਕਸ਼ਾ ਹੀ ਚੇਂਜ ਹੋ ਗਿਆ ਹਾਂਜੀ ਤੇ ਕਮਰਾ ਜਿਹੜਾ ਮੁਕੰਮਲ ਜਿਹੜਾ ਜੋੜ ਲਿਆ ਇੱਥੇ ਜਿਹੜਾ ਹੁਣ ਔਰ ਪਿਆਲੀਆਂ ਜਿਹੜੀਆਂ ਇੱਥੇ ਰੱਖੀਆਂ ਹੁਣ ਸਰਦੀਆਂ ਦੇ ਵਿੱਚ ਜਿਹੜਾ ਫਿਰ ਇਸਤੇਮਾਲ ਜ਼ਿਆਦਾ ਹੁੰਦੀਆਂ ਨੇ ਚਾਏ ਵਾਸਤੇ ਹਾਂਜੀ ਤੇ ਤੰਦੂਰ ਤੇ ਜਿਹੜਾ ਸੀ ਬਹਿਰ ਜਿਹੜਾ ਕੱਢ ਲਏ ਦੋ ਠੀਕ ਨਿਕਲੇ ਲੇਕਿਨ ਵੱਡੇ ਤੰਦੂਰ ਦੇ ਟੋਏ ਦਾ ਨੁਕਸਾਨ ਕਾਫੀ ਸਾਰਾ ਹੋ ਗਿਆ ਔਰ ਇਤਨੀ ਮਿਹਨਤ ਜਿਹੜਾ ਸੀ ਕੱਢਿਆ ਨਾ ਸਾਰਾ ਟੋਇਆ ਜਿਹੜਾ ਖਰਾਬ ਹੋ ਗਿਆ ਨਾਲ ਜਿਹੜਾ ਚੰਬੜ ਗਿਆ ਸੀ ਰੇਤ ਜਿਹੜੀ ਬੈਕ ਸਾਈਡ ਤੇ ਜਿਹੜਾ ਥੋੜੀ ਜਿਹੀ ਇਸ ਵਜ੍ਹਾ ਤੋਂ ਜਿਹੜਾ ਨਾਲ ਚੰਬੜ ਗਿਆ ਉਹ ਕਿੰਨੀਆਂ ਖੂਬਸੂਰਤ ਲੱਗ ਰਹੀਆਂ ਨੇ ਕਿਆ ਬਾਤ ਔਰ ਮਾਸ਼ਾਅੱਲਾ ਕਾਫੀ ਸਾਰੀਆਂ ਨੇ ਔਰ ਬੋਤਲਾਂ ਜਿਹੜੀਆਂ ਜਿਵੇਂ ਕਿ ਪਹੁੰਚ ਆਈਆਂ ਕਿਉਂਕਿ ਕੱਲ੍ਹ ਦਾ ਜਿਹੜਾ ਆਰਡਰ ਜਿਹੜਾ ਲਿਖਵਾਇਆ ਸੀ ਮੈਂ ਕਿਉਂਕਿ ਬਾਈ ਲਿਆਕਾ ਦੌਰਾਨ ਵੀ ਜਿਹੜੀਆਂ ਬੋਤਲਾਂ ਵੀ ਨੇ ਔਰ ਚਾਰ ਪੈਟ ਜਿਹੜੀਆਂ ਜੂਸ ਨੇ ਬਾਕੀ ਜਿਹੜੀਆਂ ਹਰ ਕਿਸਮ ਦੀ ਜਿਹੜੀਆਂ ਬੋਤਲਾਂ ਨੇ ਛੋਟੀਆਂ ਵੱਡੀਆਂ ਹਾਂ ਗਾਈ ਜਾਂਦੀਆਂ ਪਈਆਂ ਨੇ ਔਰ ਇਹ ਸਾਰੀਆਂ ਜਿਹੜੀਆਂ 23 ਪੈਟ ਜਿਹੜੀਆਂ ਬੋਤਲਾਂ ਦੇ ਨੇ ਅਤੇ ਨਾਲ ਜਿਹੜਾ ਚਾਰ ਪੈਟ ਜਿਹੜੀਆਂ ਜੂਸ ਦੇ ਨੇ ਔਰ ਰਕਸ਼ਾ ਜਿਹੜਾ ਲੈਣ ਦਾ ਕਿਉਂਕਿ ਜਿਹੜਾ ਆਰਡਰ ਤਾਂ ਲਿਖਵਾਇਆ ਸੀ ਮੈਂ ਕਿ ਤੋੜ ਜਿਹੜਾ ਪਹੁੰਚਾ ਕੇ ਆਵਣਗੇ ਲੇਕਿਨ ਉਹ ਕਹਿ ਰਹੇ ਨੇ ਕਿ ਅਸੀਂ ਆਰਡਰ ਜਿਹੜਾ ਸਿਰਫ 22-24 ਦੁਕਾਨ 'ਚ ਕਰ ਜਿਹੜਾ ਬੁੱਕ ਕੀਤਾ ਸੀ ਹੁਣ ਫਿਰ ਜਿਹੜਾ ਰਕਸ਼ਾ ਜਿਹੜਾ ਅਸੀਂ ਜਿਹੜਾ ਕਿਰਾਏ 'ਤੇ ਲਿਆ ਔਰ ਰਕਸ਼ਾ ਜਿਹੜਾ ਅਤੇ ਬੋਤਲਾਂ ਜਿਹੀਆਂ ਲੋਡ ਕਰਨਾ ਅਤੇ ਇਨਸ਼ਾਅੱਲਾ ਜਿਹੜਾ ਲੈ ਕੇ ਜਿਹੜੀ ਜਾਂਦੇ ਔਰ ਗਰਮੀ ਵੀ ਜਿਹੜਾ ਕਾਫੀ ਸਾਰੀ ਆ ਔਰ ਬੇਗਮ ਅਤੇ ਨੁਮਾਨ ਜਿਹੜਾ ਬਹਿੰਦੇ ਨੇ ਦੁਕਾਨ 'ਤੇ ਔਰ ਮੈਂ ਚੱਲਣਾ ਚੱਲ ਕੇ ਜਿਹੜਾ ਬੋਤਲਾਂ ਜਿਹੀਆਂ ਪੜਾਮ ਨੂੰ ਸਭ ਤੋਂ ਪਹਿਲੇ ਜਿਹੜਾ ਬੋਤਲਾਂ ਜਿਹੜੀਆਂ ਕਰਨਾ ਰਕਸ਼ੇ ਦੇ ਵਿੱਚ ਜਿਹੜਾ ਦੌੜ ਨੁਮਾਨ ਸਾਹਿਬ ਰਕਸ਼ੇ ਦੇ ਵਿੱਚ ਖੋਤੇ ਮੈਂ ਪਕੜਾਈ ਜਾਂਦਾ ਜੋੜੀ ਆਵੇਗਾ ਹੈ ਇੱਥੇ ਜੋੜਨੀਆਂ ਨੇ ਚਲੋ ਠੀਕ ਹੋ ਗਿਆ ਹਾਂ ਰਕਸ਼ੇ 'ਤੇ ਨਹੀਂ ਮੈਂ ਬੋਤਲਾਂ ਜਿਹੀਆਂ ਜੋੜਨ ਲੱਗਾ ਔਰ ਸਭ ਤੋਂ ਪਹਿਲੇ ਜਿਹੜੀਆਂ ਮੈਂ ਬੋਤਲਾਂ ਜਿਹੀਆਂ ਪਕੜਾਉਣਾ ਨੁਮਾਨ ਨੂੰ ਵਿੱਚ ਨਾਲ ਰਕਸ਼ੇ ਜੁੜ ਜਾਂਦੇ ਤਿੰਨ ਸਾਲਾਂ ਜੀ ਚੱਲੇ ਆ ਬਾਕੀ ਜਿਹੜਾ ਉਹਨਾਂ ਦਾ ਦੂਸਰਾ ਜਿਹੜਾ ਕੋਸਮੈਟਿਕ ਦਾ ਸਮਾਨ ਵਗੈਰਾ ਆਇਆ ਚੂੜੀਆਂ ਨੇ ਅਤੇ ਕੋਈ ਮਹਿੰਦੀਆਂ ਵਗੈਰਾ ਅਤੇ ਖਿਲੌਣੇ ਵਗੈਰਾ ਜਿਹੜਾ ਉਹ ਵੀ ਜਿਹੜਾ ਵਿੱਚ ਜਿਹੜਾ ਰੱਖ ਕੇ ਜਿਹੜਾ ਲੈ ਜਾਂਦੇ ਆ ਔਰ ਬੇਗਮ ਵੀ ਜਿਹੜਾ ਤੰਦੂਰਾਂ ਨੂੰ ਮੁੰਗਰ ਮਾਰ ਰਹੀ ਸੀ ਵਾਗ ਮੁੰਗਰ ਬੱਕਰਿਆਂ ਨੂੰ ਪਾਣੀ ਜਿਹੜਾ ਪਿਲਾ ਦੇਵੀ ਠੀਕ ਹੈ ਤੇ ਮੈਂ ਵੀ ਇਨਸ਼ਾਅੱਲਾ ਉਮੀਦ ਆ ਘੰਟੇ ਤੱਕ ਜਿਹੜਾ ਵਾਪਸੀ ਆ ਜਾਵਾਂਗਾ ਠੀਕ ਹੈ ਨਾ ਉਹ ਜੀ ਚੱਲਨੇ ਚੱਲ ਕੇ ਜਿਹੜਾ ਲੱਦਨੇ ਆ ਬੋਤਲਾਂ ਦੁਕਾਨ
ਦੁਕਾਨ ਦਾ ਜਿਹੜਾ ਸਮਾਨ ਜਿਹੜਾ ਲੈਣਾ ਹੁੰਦਾ ਫਿਰ ਮੈਨੂੰ ਜਿਹੜਾ ਕਹਿੰਦੇ ਫਿਰ ਮੈਂ ਜਿਹੜਾ ਲੈ ਕੇ ਜਿਹੜਾ ਦੇ ਜਾਂਦਾ ਬਾਕੀ ਜਿਹੜਾ ਸਮਾਨ ਥੋੜਾ ਬਹੁਤ ਉਹ ਆਪ ਲੈ ਲੈਂਦੇ ਜ਼ਿਆਦਾ ਸਮਾਨ ਲੈਣਾ ਫਿਰ ਜਿਹੜਾ ਮੈਨੂੰ ਕਹਿੰਦੇ ਛੋਟੀ ਬੋਤਲ ਜੀ 50 ਰੁਪਏ ਲਈ ਵੀ ਜਿਹੜਾ 4 ਰੁਪਏ ਆਰਾਮ ਗਰਮੀ ਕਾਫੀ ਕਰਦੇ ਹੋਣਾ ਰਸਤੇ ਦੇ ਜਿਹੜਾ ਬੈਠਣਾ ਹਵਾ ਲੱਗੀ ਆ ਬੋਤਲਾਂ ਲਾ ਕੇ ਫਿਰ ਜਿਹੜਾ ਚੱਲਣੇ ਆ ਘਰ ਜਿਹੜਾ ਵਾਪਸ ਹਾਂਜੀ ਤੇ ਇੱਥੇ ਜਿਹੜਾ ਬਾਈ ਹੋਰ ਜਿਹੜਾ ਪਹੁੰਚਿਆ ਔਰ ਸਮਾਨ ਜਿਹੜਾ ਲਾ ਲਿਆ ਹੁਣ ਮੈਨੂੰ ਦੇ ਇਜਾਜ਼ਤ ਮੈਂ ਜਿਹੜਾ ਚੱਲਣਾ ਪਿੱਛੇ ਦੁਕਾਨ ਕੱਲੀ ਆ ਠੀਕ ਹੈ ਨਹੀਂ ਨਹੀਂ ਮੈਂ ਲੇਟ ਹੁੰਦੀ ਪਈ ਆ ਮੈਂ ਜਿਹੜਾ ਗਰਮੀ ਅੱਜ ਬਹੁਤ ਹੀ ਜ਼ਿਆਦਾ ਆਈ ਨਹੀਂ ਜ਼ਿੰਮੇਵਾਰੀ ਜਿਹੜੀ ਨਾ ਬੜੀ ਹੁੰਦੀ ਹੁਣ ਮੇਰੇ ਕੋਲ ਜਿਹੜਾ ਅਮਾਨਤ ਹੁੰਦੇ ਤੁਹਾਡੇ ਪੈਸੇ ਫਿਰ ਜਿਹੜਾ ਸਮਾਨ ਲੈਣਾ ਖਰੀਦਣਾ ਪਹੁੰਚਾਉਣਾ ਕਾਫੀ ਮੁਸ਼ਕਿਲ ਕੰਮ ਹੁੰਦਾ ਮੈਂ ਹੁਣ ਜਾ ਕੇ ਮੈਂ ਕੁਛ ਜਿਹੜਾ ਸਮਝ ਲੋ ਜਿਹੜਾ ਹਾਂ ਜਿਹੜਾ ਰਿਲੈਕਸ ਹੋਇਆ ਨਹੀਂ ਤੇ ਮੈਂ ਜਿਹੜਾ ਪਰੇਸ਼ਾਨੀ ਚਾਹੁੰਦਾ ਵੀ ਮੇਰੇ ਕੋਲ ਜਿਹੜਾ ਕੰਮ ਹੋਵੇ ਨਾ ਵੀ ਤਾਂ ਕਿ ਜਿਹੜਾ ਛੇਤੀ ਤੋਂ ਛੇਤੀ ਜਿਹੜਾ ਪਹੁੰਚ ਜਾਵੇ ਠੀਕ ਹੋ ਗਿਆ ਹੁਣ ਬਿੱਲ ਦੁਕਾਨ ਤੇ ਪਏ ਨੇ ਮੈਨੂੰ ਯਾਦ ਰਹਿਣਾ ਚਾਹੁੰਦਾ ਜਿਹੜਾ ਵਾਟਸਐਪ ਕਰ ਦੇਵਾਂਗਾ ਜੂਸ ਦਾ ਵੀ ਤੇ ਬੁਕਰਾਂ ਦਾ ਠੀਕ ਹੋ ਗਿਆ ਤੇ ਬਾਕੀ ਤਰੀਕਾ ਜਿਹੜਾ ਤੁਹਾਨੂੰ ਦੱਸਦਾ ਵੀ ਕਿਹੜੀ ਬੋਤਲ ਕਿਵੇਂ ਰੇਟ ਜਿਹੜੀ ਉਹ ਗੱਲ ਜਿਹੜਾ ਸੀ ਸਮਝ ਲੱਗ ਗਈ ਆ ਤੇ ਬੋਤਲਾਂ ਲਾ ਕੇ ਉਹ ਜਿਹੜਾ ਚੱਲਿਆ ਹੁਣ ਜਿਹੜਾ ਦਸ ਵਾਪਸ ਪਹੁੰਚ ਗਿਆ ਨਾਲ ਬੈਠਾ ਹੋਇਆ ਤੇ ਇਹਨਾਂ ਦਾ ਮਿੰਟਾਂ ਚ ਕਰ ਜ
ਤੇ ਗਰੇ ਜੇੜਨਾ ਮੈਂ ਪਹੁੰਚਿਆ ਰਕਸ਼ਾ ਜੇੜਨਾ ਬਾਈ ਹੋਰਾਂ ਨੂੰ ਜੇੜਨਾ ਦੇ ਦਿੱਤਾ ਔਰ ਕਿਰਾਇਆ ਵੀ ਜੇੜਨਾ ਰਕਸ਼ੇ ਦਾ ਉਹ ਵੀ ਜੇੜਨਾ ਦੇ ਦਿੱਤਾ ਤੇ ਮੈਂ ਵੀ ਹੁਣ ਸਭ ਤੋਂ ਪਹਿਲਾਂ ਜੇੜਨਾ ਤੰਦੂਰਾਂ ਨੂੰ ਮੂੰਗਰ ਮਾਰ ਲਵਾਂ ਕਿਉਂਕਿ ਬੇਗਮ ਜੀ ਨੇ ਦੁਕਾਨ ਤੇ ਬੈਠੀ ਰਹੀ ਔਰ ਤੰਦੂਰਾਂ ਦੇ ਮੂੰਗਰ ਜੇੜਨਾ ਨਾ ਸੁੱਕ ਜਾਣ ਕਿਉਂਕਿ ਵੱਡੇ ਮੇਨ ਜੇੜਨਾ ਤੰਦੂਰ ਨੇ ਇਹਨਾਂ ਨੂੰ ਜੇੜਨਾ ਮੂੰਗਰ ਮਾਰ ਲਵਾਂ ਪਹਿਲੇ ਉਸ ਤੋਂ ਬਾਅਦ ਜੇੜਨਾ ਬਿਜਲੀ ਖੜੀ ਹੋਈ ਆ ਤੇ ਕਿਉਂਕਿ ਲਾਈਟ ਜੇੜਨਾ ਚਲੀ ਜਾਣੀਆਂ ਨੇ ਦੁਪਹਿਰ ਟਾਈਮ ਇਸ ਕਰਕੇ ਜੇੜਨਾ ਹੁਣ ਸਭ ਤੋਂ ਪਹਿਲੇ ਜੇੜਨਾ ਨੂੰ ਮੈਂ ਤਾਂ ਸੋਚ ਰਿਹਾ ਨਵਾ ਵੀ ਦੇਵਾਂ ਔਰ ਇਹਨਾਂ ਨੂੰ ਜੇੜਨਾ ਠੰਡਾ ਪਾਣੀ ਜੇੜਨਾ ਉਹ ਪਿਵਾ ਦੇਵਾਂ ਔਰ ਮੈਂ ਘਾਬਰਿਆ ਪਹਿਲੇ ਜੇੜਨਾ ਕਾਫੀ ਸਾਰਾ ਖੜਾ ਕਿਉਂਕਿ ਗਰਮੀ ਕਾਫੀ ਸਾਰੀ ਔਰ ਫਿਰ ਜੇੜਨਾ ਨੂੰ 10-15 ਮਿੰਟ ਜੇੜਨਾ ਇਹਨਾਂ ਤੇ ਲੱਗ ਜੇੜਨਾ ਮੂੰਗਰ ਜੇੜਨਾ ਕਿਧਰੇ ਛਾਂ ਤੇ ਮੂੰਗਰ ਛਾਂ ਤੇ ਰੱਖਿਆ ਸੀ ਨਾ ਐ ਬੜਾ ਚੰਗਾ ਕੀਤਾ ਹੀ ਆ ਨਹੀਂ ਤੇ ਤਾਂ ਹੱਥ ਜੇੜਨਾ ਬੜਾ ਗਰਮ ਹੋ ਜਾਣਾ ਚਲੋ ਸਹੀ ਬਾਕੀ ਹੋ ਜਾਣਾ ਤੰਦੂਰ ਵਗੈਰਾ ਜੇੜਨਾ ਚਲੋ ਮੈਂ ਜੇੜਨਾ ਮਾਰ ਲੈਣਾ ਹੁਣ ਤੇ ਮਿੱਟੀ ਜੇੜੀ ਨੇ ਮੈਂ ਗੋ ਦੇਣੀ ਕੋ ਕੋਨ ਤਾਂ ਬਹੁਤ ਜੇੜਨਾ ਜ਼ਿਆਦਾ ਹਾਂ ਉਹ ਨੁਮਾਨ ਜੇੜਨਾ ਤੇ ਲਾ ਜੇੜਨਾ ਬੈਠਾ ਦੁਕਾਨ ਤੇ ਹਾਂਜੀ ਚਲੋ ਸਹੀ ਹੋਣਾ ਚਲੋ ਸਹੀ ਬਾਲਟੀ ਤੇ ਆਟਾ ਜੇੜਨਾ ਚਾਹੀ ਲਿਆ ਥੋੜਾ ਜਿਹਾ ਤੇ ਮੈਂ ਇਹਨਾਂ ਜੇ ਦੁੱਧ ਬਣਾ ਕੇ ਜੇੜਨਾ ਉਹ ਪਿਵਾ ਲਵਾਂ ਪਹਿਲੇ ਮੂੰਗਰ ਮਾਰ ਲਵਾਂ ਮੂੰਗਰ ਹੈ ਤੇ ਜੇੜਨਾ ਮੁਕੰਮਲ ਹੋਇਆ ਜਾਂਦਾ ਹੁਣ ਇਹ ਸਾਈਡ ਨੂੰ ਮੁਕੰਮਲ ਹੋਇਆ ਜਾਂਦਾ ਔਰ ਜਿਹੜਾ ਰਹਿ ਗਿਆ ਮੂੰਗਰ ਸ਼ਾਮ ਨੂੰ ਥੋੜਾ ਜਿਹਾ ਇੱਕ ਸਾਈਡ ਲੋਇਆ ਸਾਈਡ ਨੂੰ ਰਹਿ ਜਾਣਾ ਇਧਰੀ ਸਾਈਡ ਤੋਂ ਸ਼ੁਕਰ ਆ ਜੇੜਨਾ ਮੁਕੰਮਲ ਹੋ ਗਿਆ ਟਾਈਮ ਨਾਲ ਥੋੜਾ ਜਿਹਾ ਬੱਗਾ ਨਾਲ ਸੀ ਔਰ ਮੈਂ ਵੀ ਇਹਨਾਂ ਨੂੰ ਮੂੰਗਰ ਹੁਣ ਜਾਣਾ ਬੱਗਾ ਖੋਤਾ ਮੈਂ ਤਾਂ ਸਾਰਿਆਂ ਨੂੰ ਮਾਰਨਾ ਪਾਉਣ ਲਈ ਕੁਛ ਇੱਕ ਸਾਈਡ ਹੋ ਜਾਣ ਕੰਪਲੀਟ ਆ ਕਿਉਂਕਿ ਜਿਸ ਟਾਈਮ ਮੈਂ ਜਾਣ ਲੱਗਿਆ ਸੀ ਉਸ ਤੋਂ ਪਹਿਲੇ ਜਿਹੜਾ ਬੇਗਮ ਨੇ ਮੂੰਗਰ ਮਾਰਿਆ ਸੀ ਔਰ ਬੱਕਰਿਆਂ ਨੂੰ ਪਾਣੀ ਪਿਵਾ ਕੇ ਸਭ ਤੋਂ ਪਹਿਲੇ ਤਾਂ ਜਿਹੜਾ ਮੈਂ ਨਾਵਾਂਗਾ ਘਾਬਰਿਆ ਬਹੁਤ ਜ਼ਿਆਦਾ ਜਿਹੜਾ ਖੜਾ ਮੈਂ ਪਾਣੀ ਜਿਹੜਾ ਭਰ ਕੇ ਮੈਂ ਠੰਡਾ ਪੈ ਲਿਆ ਜਿਹੜਾ ਪਿਵਾ ਲਵਾਂ ਫਿਰ ਟੈਂਕੀ ਜਿਹੜਾ ਪਾਣੀ ਦੀ ਭਰਿੰਦੀ ਰਹੇਗੀ ਨਾ ਤੇ ਮੈਂ ਵੀ ਜਿਹੜਾ ਨਾ ਲਵਾਂਗਾ ਸਾਡੇ ਬਾਰਾ ਜਿਹੜਾ ਗਾਬਰ ਗਿਆ ਅੱਜ ਮੈਂ ਕੰਮ ਟਾਈਮ ਲੱਗਿਆ 2 ਦਿਨ ਹੋ ਗਏ ਕੱਪੜੇ ਜਿਹਾ ਚੇਂਜ ਕੀਤੇ ਗਏ ਕੱਟੇ ਮਿੱਟੀ ਨਾਲ ਜਿਹੜਾ ਦੇਖ ਜਾਣਾ ਗਰਮੀ ਕਾਫੀ ਸਾਰੀ ਹੈ ਹੁਣ ਤੂਰ ਦੀ ਛਾਂ ਤੇ ਜਿਹੜਾ ਬੈਠਾ ਤੇ ਹਵਾ ਜਿਹੜਾ ਕੋਈ ਚੱਲੀ ਅੱਜ ਕੋਈ ਸਕੂਨ ਆਇਆ ਔਰ ਤੂਤਾਂ ਨੂੰ ਪਾਣੀ ਤੇ ਜੇੜਨਾ ਮੈਂ ਡੇਲੀ ਰੂਟੀਨ ਵਾਈਜ ਲਾਉਣਾ ਵੀ ਜ਼ਿਆਦਾ ਤੋਂ ਜ਼ਿਆਦਾ ਜੇੜਨਾ ਛਾਂ ਬਣਾਵੇ ਚੱਲ ਤੂੰ ਖਾ ਲੈ ਕਰੀ ਆ ਪਾਣੀ ਪੀ ਲੈਂਦਾ ਖਾ ਦੋਵੇਂ ਰਹਿਣ ਪੱਠੇ ਉਹ ਪੱਠੇ ਖਾ ਕੇ ਮੁੜ ਜੇੜਨਾ ਪੀ ਲੈਂਦੇ ਹਾਂਜੀ ਤੇ ਦੋਵਾਂ ਬੱਕਰਿਆਂ ਨੂੰ ਪਾਣੀ ਜੇੜਨਾ ਪਿਲਾ ਦਿੱਤਾ ਹੁਰਮੇ ਵੀ ਹੁਣ ਸਭ ਤੋਂ ਪਹਿਲੇ ਜੇੜਨਾ
ਨਾਲ ਵਾ ਨਾ ਕੇ ਫਿਰ ਜਿਹੜਾ ਚੱਲੇ ਆ ਦੁਕਾਨ ਤੇ ਫਿਰ ਜਿਹੜਾ ਪੱਠੇ ਜਿਹੜਾ ਬਣਾਉਣ ਜਾਣੇ ਨੇ, ਲੇਕਿਨ ਉੱਥੇ ਜੇ ਸੈਕਿੰਡ ਹੈਂਡ ਜਾਵਾਂਗੇ ਨਾ ਤਕਰੀਬਨ ਜਿਹੜਾ 3-4 ਵਜੇ ਜੇ ਜਾਵਾਂਗੇ ਪੱਠੇ ਵਾਢ ਕੇ ਫਿਰ ਜਿਹੜਾ ਇਹਨਾਂ ਨੂੰ ਜਿਹੜਾ ਬੈਰ ਜਿਹੜਾ ਕੱਢ ਲਵਾਂਗੇ, ਪਾਣੀ ਜਿਹੜਾ ਰੱਜ ਕੇ ਪੀ ਲਿਆ ਹੁਣ ਜਿਹੜਾ ਪੱਠੇ ਖਾਵਣਗੇ ਰੱਜ ਕੇ। ਮੈਂ ਵੀ ਨਾਕ ਜਿਹੜਾ ਬੈਰ ਦੁਕਾਨ ਤੇ ਆ ਗਿਆ, ਹੁਣ ਜਾ ਕੇ ਜਿਹੜਾ ਕੋਈ ਸਕੂਨ ਆਇਆ ਕਿਉਂਕਿ ਪਹਿਲੇ ਜਿਹੜਾ ਬਹੁਤ ਘਬਰਾ ਰਿਹਾ ਸੀ, ਹਵਾ ਲੱਗ ਰਹੀ ਨਾ ਠੰਡੀ, ਤੇ ਮੈਂ ਵੀ ਜਿਹੜਾ ਦੁਕਾਨ ਤੇ ਜਿਹੜਾ ਬਹਿਨੇ ਰੈਸਟ ਕਰਨੇ ਆ, ਦੁਪਹਿਰ ਤੇ ਜਿਹੜਾ ਟਾਈਮ ਫੇਮ ਜਿਹੜਾ ਜਾਵਾਂਗੇ ਜਿਹੜਾ ਪੱਠੇ ਨੂੰ ਕੰਮ ਕਰ ਕਰਾਂਗਾ, ਜ਼ਰੂਰ ਜਿਹੜਾ ਬੈਰ ਕੱਢਣੇ ਨੂੰ ਉਹਨਾਂ ਨੂੰ ਕੜੇ ਵਗੈਰਾ ਵੀ ਜਿਹੜਾ ਮਿਲੇਗਾ, ਸ਼ਾਇਦ ਅੱਜ ਹੀ ਸੀ ਸ਼ਾਮ ਨੂੰ ਜਿਹੜਾ ਮੁਕੰਮਲ ਕਰਕੇ ਬੈਰ ਜਿਹੜਾ ਜ਼ਰੂਰ ਰੱਖ ਲਈ, ਕਿਉਂਕਿ ਉਹਨਾਂ ਦੇ ਨਾਲ ਜਿਹੜਾ ਸ਼ਾਇਦ ਕੱਲ੍ਹ ਜਿਹੜਾ ਫੇਲ ਹੋ ਗਿਆ ਸੀ ਨਾ, ਇਸ ਕਰਕੇ ਜਿਹੜਾ ਵੱਡਾ ਜ਼ਰੂਰ ਜਿਹੜਾ ਲਿਆ ਕੇ ਬੈਰ ਰੱਖਣੇ ਆ। ਬੇਗਮ ਜਿਹੜਾ ਕਮਰਿਆਂ ਦੀ ਜਿਹੜੀ ਸਾਫ਼ ਸਫਾਈ ਕਰ ਰਹੀ ਆ, ਵੀ ਇੱਕ ਕਮਰੇ ਦੀ ਜਿਹੜੀ ਸਾਫ਼ ਸਫਾਈ ਅੱਜ ਕਰ ਲੈਂਦੇ ਹਾਂ, ਇੱਕ ਕਮਰੇ ਦੀ ਜਿਹੜੀ ਸਾਫ਼ ਸਫਾਈ ਜਿਹੜੀ ਨਾ ਸੁਬਹ ਕਰ ਲਈ, ਸਾਰੇ ਫਰਸ਼ ਜਿਹੜੇ ਨਾ ਧੋ ਲੇ ਔਰ ਪੇਟੀਆਂ ਹਾਂਜੀ ਡੱਬੇ ਨੇ ਚਲੋ ਠੀਕ ਹੈ, ਕਿਉਂਕਿ ਪੇਟੀਆਂ ਨੂੰ ਜਿਹੜੀ ਸਾਫ਼ ਸਫਾਈ ਹੋ ਗਈ, ਇੱਧਰੋਂ ਜਿਹੜੇ ਨਾ ਦਾਣਿਆਂ ਦੇ ਬੜੋ ਲੈਣ ਜਿਹੜੀ ਸਾਰੀ ਸਾਫ਼ ਸਫਾਈ ਜਿਹੜੀ ਨਾ ਮੁਕੰਮਲ ਹੋ ਗਈ, ਬਸ ਉਹ ਇੱਕ ਸਾਈਡ ਵਾਲਾ ਜਾਲੇ ਰਹਿ ਗਏ ਨੇ, ਆ ਨੁਕਰਾਂ ਜੇ ਛੋਟੇ ਛੋਟੇ ਜਾਲੇ ਨੇ ਇਹ ਜਿਹੜੇ ਸਾਰੇ ਖਤਮ ਕਰਕੇ ਨਾ ਛੱਤ ਦੇ ਉੱਪਰ ਜਿਹੜਾ ਕੱਪੜਾ ਮਾਰਨਾ, ਥੋੜਾ ਬਹੁਤ ਜਿਹੜਾ ਉਹ ਜਾਲੇ ਵਗੈਰਾ ਜਿਹੜੇ ਇੱਧੇ ਵੀ ਖੜੇ ਹੋਣੇ ਆ। ਅੱਜ ਕੰਮ ਕਾਫੀ ਸਾਰਾ ਬਣ ਜਾਣਾ, ਚਲੋ ਅੱਜ ਇਸ ਕਮਰੇ ਦੀ ਹੋ ਜਾਵੇਗੀ ਨਾ, ਸਵੇਰੇ ਪਰਲੇ ਕਮਰੇ ਦੀ ਜਿਹੜਾ ਸੈਟਿੰਗ ਵਗੈਰਾ ਹੋ ਜਾਵੇਗੀ ਤੇ ਪਰਸੋਂ ਜਿਹੜੇ ਚਲੀ ਦਾ ਫਿਰ ਮੈਂ ਦੁਪਹਿਰ ਟਾਈਮ ਰੈਸਟ ਕਰਨਾ, ਫਿਰ ਜਿਹੜਾ ਪੱਠਿਆਂ ਨੂੰ ਜਿਹੜਾ ਜਾਣਾ ਤੇ ਘਰ ਦਾ ਕੰਮ ਹੋਰ ਕਾਫੀ ਸਾਰਾ ਜਿਹੜਾ ਕਰਨ ਵਗੈਰਾ ਰਹਿੰਦਾ। ਚਲੋ ਮੰਜੇ ਮੁੰਜੇ ਜੋੜੇ ਇਸ ਟਾਈਮ ਬਰਤਨ ਵਗੈਰਾ ਜਿਹੜੇ ਜੋੜੇ ਨਾ, ਹੈਲਪ ਦੀ ਜ਼ਰੂਰਤ ਹੋਵੇ ਜੇ ਅਸੀਂ ਨੁਮਾਨ ਨੂੰ ਬਿਠਾ ਦੇਵਾਂਗਾ ਮੈਂ ਦੁਕਾਨ ਤੇ, ਤੇ ਮੈਂ ਆ ਜਾਵਾਂ, ਬਲਕਿ ਨੁਮਾਨ ਵੀ ਜਿਹੜੇ ਨਾ ਕੰਮ ਦੇ ਨਾਲ ਕਾਫੀ ਕਰਾਵੇਗਾ। ਉਹ ਟੇਬਲ ਹੀ ਜਿਹੜੇ ਚਾਲ ਮੈਂ ਇੱਦਾਂ ਦੀ ਘਰੇ ਠੀਕ ਹੀ ਹੈ, ਇਹ ਸੋਟੀ ਚੱਕ ਲਿਆ, ਸੋਟੀ ਇੱਕ ਚੱਕੀ ਲਿਆ ਉਹਦੇ ਨਾਲ ਪਿੱਛਾ ਹਟਾ ਦਿੰਦੇ ਹਾਂ। ਅੱਛਾ ਜੀ ਕਮਰੇ ਦੀ ਸੈਟਿੰਗ ਤਕਰੀਬਨ ਜਿਹੜੀ ਨਾ ਹੋ ਗਈ ਆ, ਹੁਣ ਪਹਿਲੇ ਜਿਹੜੇ ਨਾ ਕਿਵੇਂ ਨਜ਼ਰ ਆ ਰਿਹਾ ਸੀ ਤੇ ਹੁਣ ਜਿਹੜਾ ਨਾ ਨਕਸ਼ਾ ਹੀ ਚੇਂਜ ਹੋ ਗਿਆ। ਸਹੀ ਹੈ ਨਾ, ਹਾਂ ਔਰ ਆਪਾਂ ਇਸ ਫੇਕੀ ਜਿਹੜਾ ਉਵੇਂ ਹੀ ਜਿਹੜਾ ਸੇਮ ਕਰਨਾ, ਕਿਉਂਕਿ ਜਿਵੇਂ ਕਿ ਅਸੀਂ ਪਿਛਲੇ ਸਾਲ ਜਿਹੜਾ ਵਿਹੜਾ ਜਿਹੜਾ ਕੀਤਾ ਸੀ ਨਾ ਬੱਚਾ, ਤੇ ਅਸੀਂ ਜਿਹੜਾ ਘਰ ਵਾਸਤੇ ਸਿਰਫ ਔਰ ਸਿਰਫ ਜਿਹੜਾ 2-2.5 ਕਿਲੋ ਹੀ ਨਾ ਕੀਆ, 2-2.5 ਕਿਲੋ ਜਿਹੜਾ ਅਸੀਂ ਗੋਸ਼ਤ ਰੱਖਿਆ ਸੀ, ਬਾਕੀ ਜਿਹੜਾ ਸਾਰਾ ਮਤਲਬ 2-2.5 ਕਿਲੋ ਤੇ ਜਿਹੜਾ ਛਾਪਰ ਜਿਵੇਂ ਕਿ ਮਿਲਾ ਕੇ ਬਣਾਇਆ ਸੀ ਤੁਸੀਂ ਦੇਖ ਸਕਦੇ ਹੋ ਪਿਛਲੇ ਸਾਲ ਵਾਲਾ, 2-2.5 ਕਿਲੋ ਅਸੀਂ ਰੱਖਿਆ ਸੀ, ਬਾਕੀ ਜਿਹੜਾ 2 ਕਿਲੋ ਤੇ 1.5 ਕਿਲੋ, ਕਿਉਂਕਿ ਮਾਸ਼ਾਅੱਲਾ ਜਿਹੜਾ ਫਿਰ ਬੱਚੇ 'ਚ ਗੋਸ਼ਤ ਕਾਫੀ ਸਾਰਾ ਜਿਹੜਾ ਨਿਕਲਿਆ ਸੀ ਨਾ, ਇਸ ਕਰਕੇ ਜਿਹੜਾ ਫਿਰ ਇੰਨਾ ਗੋਸ਼ਤ ਅਸੀਂ ਜਿਹੜੇ ਦੇ ਤੇ ਇਸ ਵੇਲੇ ਸਾਡੇ ਦਿਲ ਆ ਸਿਰਫ ਜਿਹੜਾ, ਕਿਉਂਕਿ ਗੋਸ਼ਤ ਹੋਰ ਸਾਈਡਾਂ ਨੂੰ ਜਿਹੜਾ ਆ ਜਾਣਾ ਐਵੇਂ ਹੀ ਨਾ, ਹਾਂ ਕਿਉਂਕਿ ਫਿਰ ਰਿਸ਼ਤੇਦਾਰਾਂ ਨੂੰ ਜਿਹੜਾ ਆਪਸ ਵਿੱਚ ਜਾਂਦੇ ਨਾ, ਤੇ ਸਾਡੇ ਜਿਹੜਾ ਗੋਸ਼ਤ ਲਾਮੂ ਆ ਜਾਣਾ ਹੋਰ ਤੋਂ, ਕਿਧਰੋਂ ਕਿਲੋ ਆ ਜਾਣਾ, ਕਿਧਰੋਂ 2 ਕਿਲੋ ਆ ਜਾਣਾ, ਕਿੰਨੇ ਵੱਡਾ ਕੋਈ ਜਾਨਵਰ ਕੀਤਾ ਹੋਇਆ ਤੇ 4-5 ਕਿਲੋ ਗੋਸ਼ਤ ਆ ਜਾਂਦਾ, ਤਾਂ ਅਸੀਂ ਜਿਹੜਾ ਸਿਰਫ ਔਰ ਸਿਰਫ ਜਿਹੜਾ 1 ਕਿਲੋ ਜਾਂ 1.5 ਕਿਲੋ ਦੋਵਾਂ ਬੱਕਰਿਆਂ ਦੀ ਗੋਸ਼ਤ ਰੱਖਾਂਗੇ, ਤੇ ਬਾਕੀ ਜਿਹੜਾ ਸਾਰਾ ਅਸੀਂ ਛਾਪਰ ਜਿਹੜਾ ਪੈਕ ਕਰਕੇ ਨਾ ਸਾਰਾ ਮਿਕਸ ਗੋਸ਼ਤ ਬਣਾ ਲਵਾਂਗੇ ਨਾ, ਛਾਪਰ ਪੈਕ ਕਰਕੇ ਤੇ ਜਿੰਨਾ ਕੀ ਆ ਗਿਆ ਮਤਲਬ ਕਿ ਅਸੀਂ ਕਿ ਜਿਹੜਾ ਬਿਲਕੁਲ ਬਰਾਬਰ ਜਿਹੜਾ ਤਕਸੀਮ ਕਰਨਾ, ਕਿਉਂ ਕੋਸ਼ਿਸ਼ ਕਰਾਂਗੇ ਅਗਰ ਕਿਲੋ ਕਿਲੋ ਅਸੀਂ ਦੇਣੀ ਨਾ, ਫਿਰ ਤਾਂ ਜਿਹੜਾ ਕੰਮ ਬੰਦੇ ਨੂੰ ਆਉਣਗੇ, ਕਮ ਅਸਮ ਕਿਲੋ ਤਾਂ ਹੋਣਾ ਚਾਹੀਦਾ,
ਤੇ ਛਾਪਰ ਜਿਹੜਾ ਪੈਕ ਕਰ ਲਵਾਂਗੇ, ਜਿੰਨੇ ਗਰਮ ਜਿਹੜਾ ਤਕਸੀਮ ਹੋ ਗਿਆ ਸਾਰਾ ਜਿਹੜਾ ਅਸੀਂ ਜਿਹੜਾ ਇਨਸ਼ਾਅੱਲਾ ਜਿਹੜਾ ਕਰ ਦੇਵਾਂਗੇ, ਕਿਉਂਕਿ ਵੈਸੇ ਜਿਹੜਾ ਅੱਗੇ ਪਿੱਛੇ ਤੇ ਜਿਹੜਾ ਖਾਂਦੇ ਰਹਿੰਦੇ ਹਨ, ਕਿਉਂਕਿ ਕਮ ਅਜ਼ ਕਮ ਅਸੀਂ ਮਹੀਨੇ ਦੇ ਵਿੱਚ 3-4 ਦਫ਼ਾ ਜਿਹੜਾ ਚਿਕਨ ਜਿਹੜਾ ਬਣਾ ਲੈਂਦੇ ਹਾਂ, 3 ਦਫ਼ਾ ਤਾਂ ਪੱਕਾ ਬਣਾ ਲੈਂਦੇ ਹਾਂ, ਹਫ਼ਤੇ ਡੇਢ ਹਫ਼ਤੇ ਦੇ ਵਿੱਚ ਜਿਹੜਾ ਅਸੀਂ ਬਣਾ ਲੈਂਦੇ ਹਾਂ। ਅੱਛਾ ਵੈਸੇ ਜਿਹੜਾ ਬੜਾ ਖੂਬਸੂਰਤ ਲੱਗ ਰਿਹਾ ਕਮਰਾ ਹੁਣ, ਹੈਂ ਹਾਂਜੀ। ਤੇ ਕਮਰਾ ਜਿਹੜਾ ਮੁਕੰਮਲ ਜਿਹੜਾ ਜੋੜ ਲਿਆ ਇੱਥੇ ਜਿਹੜਾ ਹੁਣ, ਔਰ ਪਿਆਲੀਆਂ ਜਿਹੜੀਆਂ ਇੱਥੇ ਰੱਖੀਆਂ ਹੁਣ ਸਰਦੀਆਂ ਦੇ ਵਿੱਚ ਜਿਹੜਾ ਫਿਰ ਇਸਤੇਮਾਲ ਜ਼ਿਆਦਾ ਹੁੰਦੀਆਂ ਨੇ ਚਾਏ ਵਾਸਤੇ। ਔਰ ਹੁਣ ਜਿਹੜਾ ਮੰਜੇ ਰਹਿ ਗਏ ਨੇ, ਮੰਜੇ ਜਿਹੜਾ ਉਹ ਜੋੜ ਲੈਂਦੇ ਨੇ ਨਾ, ਅਸਲ ਤੇ ਇਸ ਕਮਰੇ 'ਚ ਸ਼ੀਟ ਹੁੰਦੀ ਨਾ, ਇਸ ਕਮਰੇ 'ਚ ਸ਼ੀਟ ਹੁੰਦੀ ਨਾ, ਉਤਲੇ ਕਮਰੇ ਵਾਂਗ ਬੜਾ ਖੂਬਸੂਰਤ ਲੱਗਣਾ ਸੀ। ਔਰ ਉੱਧਰ ਅਸੀਂ ਜਿਹੜਾ ਸ਼ੀਟ ਇਸ ਵਾਸਤੇ ਜਿਹੜਾ ਲਾਏ ਸੀ, ਕਿਉਂਕਿ ਉਹ ਕਮਰਾ ਜਿਹੜਾ ਬਣਾਇਆ ਸੀ ਮਹਿਮਾਨਾਂ ਵਾਸਤੇ, ਇਸ ਕਰਕੇ ਜਿਹੜਾ ਵੀ ਕੋਈ ਮਹਿਮਾਨ ਆ ਗਿਆ ਤਾਂ ਉਸ ਕਮਰੇ 'ਚ ਜਿਹੜਾ ਬਿਠਾ ਲਿਆ, ਇਸ ਕਰਕੇ ਉੱਧਰ ਜਿਹੜੀ ਸ਼ੀਟ ਲਾਈ ਸੀ। ਲੇਕਿਨ ਇਸ ਕਮਰੇ 'ਚ ਇਸ ਕਰਕੇ ਲਿਆ ਕਿਉਂਕਿ ਇਸ ਕਮਰੇ 'ਚ ਜਿਹੜਾ ਮੰਜੇ ਰੱਖਣੇ ਸੀ, ਫਿਰ ਮੰਜਿਆਂ ਦੇ ਪਾਵਿਆਂ ਨਾਲ ਜਿਹੜੀ ਸ਼ੀਟ ਖਰਾਬ ਹੋ ਜਾਂਦੀ ਆ। ਔਰ ਅਸੀਂ ਦੋ ਦੋ ਮਗ ਜਿਹੜਾ ਲੈ ਕੇ ਜਿਹੜਾ ਰੱਖੇ ਹੋਏ ਸੀ, ਆਹ ਹਾਲੇ ਤੇ ਜਿਹੜਾ ਦੋਵੇਂ ਜਿਹੜਾ ਸਿਸਟਰ ਨੇ ਜਿਹੜਾ ਗਿਫਟ ਭੇਜੇ ਸੀ ਸਾਨੂੰ ਜਿਹੜਾ ਮਗ, ਔਰ ਇਹ ਜਿਹੜਾ ਦੋ ਅਸੀਂ ਲਏ ਸੀ, ਦੋ ਫਿਰ ਇਹ ਲੈਣ ਦੇ ਨਾਲ ਦੇ ਇੱਕ ਟੁੱਟ ਗਿਆ ਸੀ, ਫਿਰ ਜਿਹੜਾ ਦੋ ਅਸੀਂ ਮਗ ਜਿਹੜਾ ਇਹ ਲਏ ਸੀ, ਔਰ ਇਹ ਹਾਲੇ ਦੋ ਗਲਾਸ ਲਏ ਸੀ। ਔਰ ਆ 3 ਜਿਹੜੀਆਂ ਡੱਬੀਆਂ ਲਈਆਂ ਸੀ ਨੁਮਾਨ ਵਾਸਤੇ ਜਿਸ ਟਾਈਮ ਸਕੂਲ ਜਾਂਦਾ ਸੀ ਨਾ, ਅਤੇ ਟਿਫਾਨ ਦੇ ਵਿੱਚ ਮਤਲਬ ਸਾਲਾਂ ਦੇ ਵਿੱਚ ਲਹਿਦਾ ਜਿਹੜਾ ਪਾ ਤਾ ਕਿਸੇ ਟਾਈਮ ਜਿਹੜਾ ਸਾਲਣ ਲੈ ਜਾਂਦਾ ਸੀ ਨਾ, ਅਤੇ ਜਿਹੜਾ ਦੂਸਰਾ ਟਿਫਨ ਬਾਕਸ ਹੁੰਦਾ ਸੀ ਨਾ, ਉਹਦੇ 'ਚ ਫਿਰ ਆਮਲੇਟ ਬ੍ਰੈਡ ਜਿਹੜਾ ਲੈ ਕੇ ਜਿਹੜਾ ਚਲਾ ਜਾਂਦਾ। ਔਰ ਜੀ ਉਦਲਾ ਕਮਰਾ ਤਾਂ ਜਿਹੜਾ ਹੋ ਗਿਆ ਮੁਕੰਮਲ, ਔਰ ਇਹ ਕਮਰਾ ਜਿਹੜਾ ਰਹਿ ਗਿਆ ਇਹ ਵੀ ਜਿਹੜਾ ਸਵੇਰੇ ਜਿਹੜਾ ਇਹਦੀ ਵੀ ਸੈਟਿੰਗ ਵਗੈਰਾ ਜਿਹੜਾ ਕਰ ਲੈਣੀ, ਉਸ ਤੋਂ ਬਾਅਦ ਜਿਹੜਾ ਕਲਰ ਜਿਹੜਾ ਖਤਮ ਹੋਇਆ ਨਾ, ਤੰਦੂਰਾਂ ਵਾਲਾ ਪੋਚਾ ਜਿਹੜਾ ਬਣਾਉਣਾ, ਬਣਾ ਕੇ ਜਿਹੜਾ ਕਿਚਨ ਨੂੰ ਜਿਹੜਾ ਕਲਰ ਜਿਹੜਾ ਇਹ ਵੀ ਸੁਬਹ ਜਿਹੜਾ ਕਰ ਲੈਣਾ, ਦੁਬਾਰਾ ਜਿਹੜਾ ਚਮਕ ਜਾਵੇਗਾ। ਔਰ ਇੱਧਰ ਜਿਹੜੀ ਦੀਵਾਰ ਵੀ ਹੋ ਗਈ, ਅਤੇ ਇਹ ਵੀ ਜਿਹੜਾ ਟਾਈਮ ਲੱਗਿਆ, ਅਤੇ ਇਹ ਵੀ ਜਿਹੜਾ ਲਾਜ਼ਮਨ ਜਿਹੜਾ ਕਰ ਲੈਣੀ ਹੈ, ਸੀਮੈਂਟ ਚਿੱਟਾ ਜਿਹੜਾ ਆਇਆ ਪਿਆ, ਅਤੇ ਇਹ ਵੀ ਜਿਹੜਾ ਲਾਜ਼ਮਨ ਕਰ ਲਵਾਂਗੇ, ਔਰ ਅੱਧੇ ਘੰਟੇ ਤੀਕਰ ਜਿਹੜਾ ਚੱਲਣਾ, ਚੱਲ ਕੇ ਜਿਹੜਾ ਪੱਠੇ ਜਿਹੜਾ ਇਹ ਬਣਾ ਦਿੰਦੇ ਹਾਂ। ਔਰ ਮੈਂ ਵੀ ਦਾਤਰੀ 'ਤੇ ਕੱਪੜਾ ਜਿਹੜਾ ਚਾਹਵਾਂ ਹੋਰ ਜਾਂਦਾ, ਜਾ ਕੇ ਸਭ ਤੋਂ ਪਹਿਲੇ ਜਿਹੜਾ ਪੱਠੇ ਜਿਹੜਾ ਉਹ ਬਣਾ ਦਿੰਦਾ, ਬੇਗਮ ਜਿਹੜਾ ਲਿੰਬ ਰਹੀ ਹੈ, ਸਭ ਤੋਂ ਛੋਟੇ ਵਾਲਾ ਜਿਹੜਾ ਤੰਦੂਰ, ਹਾਂਜੀ ਮਿੱਟੀ ਜਿਹੜਾ ਬਚੀ ਹੋਈ ਸੀ, ਬਾਕੀ ਮਿੱਟੀ ਜਿਹੜਾ ਮੈਂ ਤਾਂ ਪੱਠੇ ਵਾਟ ਕੇ ਆਉਂਦਾ ਨਾ, ਫਿਰ ਗੋਲ ਨਹੀਂ, ਠੀਕ ਹੈ ਨਾ। ਅੱਜ ਪਕਾਉਣਾ ਕੀ ਆ? ਚਲੋ ਠੀਕ ਹੋ ਗਿਆ। ਉਹ ਤੰਦੂਰ ਜਿਹੜਾ ਵਾਪਸੀ 'ਤੇ ਆਣ ਕੇ ਜਿਹੜਾ ਬਹਿਰ ਜਿਹੜਾ ਕੱਢਣਿਆ ਆ, ਔਰ ਇਹ ਜਿਹੜੀ ਮਿੱਟੀ ਹੁਣ ਗੁਮੀਣੀ ਆ ਨਾ, ਇਹਦੇ ਮੇਨ ਦਾ 5-6 ਤੰਦੂਰੀਆਂ ਲਿੰਬੀ ਜਾਣੀਆਂ ਨੇ, 3 ਆਹ ਲਿੰਬ ਲੈਣੀਆਂ ਛੋਟੀਆਂ, ਇਹ ਵਾਲੀਆਂ 3, ਅਤੇ 2 ਆਹ ਵਾਲੇ ਲਿੰਬ ਲੈਣੀਆਂ, ਬਲਕਿ ਉਹ ਵੀ ਛੋਟੀਆਂ ਲਈ, ਛੋਟੀਆਂ ਉਹ ਵੀ ਲਿੰਬਣੀ ਛੋਟੀਆਂ ਦੇ ਨਾਲ ਦੀ ਆਪਣੇ ਕੋਲ ਜਿਹੜਾ ਬਿਲਕੁਲ ਪਈ ਕੋਈ ਨਹੀਂ। ਚਲੋ ਜਿਹੜੀ ਲਿੰਬੀ ਜੀ ਥੋੜਾ ਤੰਦੂਰ ਲੰਬੀ ਜਾਣਾ ਬਿਹਤਰ ਹੈ, ਇਹਨਾਂ ਨੂੰ ਤਿਆਰ ਕਰਕੇ ਰੱਖੀ ਨਾ, ਇਹ ਦੂਰੇ ਨਾ ਪੈ ਰਹੇ। ਹਾਂ ਇਹ ਤੇ ਵੇਖ ਵੀ ਸਕਦੇ ਨਾ। ਚਲੋ ਸਹੀ ਹੈ, ਨਹੀਂ ਨਹੀਂ ਸੇਲ ਹੋਵਣਗੇ ਇਨਸ਼ਾਅੱਲਾ, ਮਿਹਨਤ ਆਪਾਂ ਕਰਨੇ ਆ, ਅੱਲਾ ਪਾਕ ਜਿਹੜਾ ਆਪਾਂ ਨੂੰ ਮਿਹਨਤ ਦਾ ਜਿਹੜਾ ਫਲ ਦਿੰਦਾ, ਆਪਣੇ ਤੰਦੂਰ ਜਿਹੜਾ ਇੱਕ ਵੀ ਜਿਹੜਾ ਪੂਰੇ ਸੀਜ਼ਨ ਜਿਹੜਾ ਨਹੀਂ ਬਚਿਆ, ਬਸ ਉਹ ਮੋਟਰਸਾਈਕਲ 'ਤੇ 3 ਤੰਦੂਰ ਜਿਹੜੇ ਮੇਰੇ ਟੁੱਟ ਗਏ ਆ, ਔਰ ਦੂਸਰੇ ਜਿਹੜੇ ਆਪਣੇ ਜੇ ਚੱਕੇ ਗਏ ਸੀ 12 ਤੰਦੂਰ, ਉਹ ਹੀ ਜਿਹੜਾ ਜ਼ਾਇਆ ਹੋਏ ਨੇ, ਬਾਕੀ ਜਿਹੜਾ ਅੱਲਾ ਦਾ ਲੱਖ ਲੱਖ ਸ਼ੁਕਰ ਹੈ, ਜਿੰਨੀ ਅਸਾਂ ਮਿਹਨਤ ਕੀਤੀ ਨਾ ਅੱਲਾ ਪਾਕ ਨੇ ਸਾਨੂੰ ਸਾਡੀ ਮਿਹਨਤ ਦਾ ਜਿਹੜਾ ਫਲ ਦਿੱਤਾ, ਸਾਡੇ ਸਾਰੇ ਤੰਦੂਰ ਮਾਸ਼ਾਅੱਲਾ ਜਿਹੜਾ ਸੇਲ ਹੋ ਜਾਂਦੇ ਨਾ। ਹੁਣ ਵੀ ਜਿਹੜਾ ਇਸ ਮਹੀਨੇ ਜਦੋਂ ਸੀਜ਼ਨ ਖਤਮ ਹੀ ਹੋਇਆ, ਅਸੀਂ 4-5 2-3 ਤੰਦੂਰ ਬਣਾ ਕੇ ਬਹਿ ਰੱਖਣੇ ਹਨ, ਤੋ ਪਹਿਲੇ ਵਾਲੇ ਸੇਲ ਹੋ ਜਾਂਦੇ ਨੇ, ਅਸੀਂ ਜਿਹੜਾ ਦੁਬਾਰਾ ਫਿਰ ਜਿਹੜਾ ਬਣਾ ਲੈਂਦੇ ਹਾਂ,
ਇਸੇ ਤਰ੍ਹਾਂ ਕਰਕੇ ਹੁਣ ਇਹ ਹਾਲੇ ਵੱਡੇ ਜਿਹੇ ਬਣਾ ਲੈਣ, ਇਹ ਵੱਡੇ ਜਿਸ ਟਾਈਮ ਸੇਲ ਹੋਣਗੇ ਵੱਡੇ ਫਿਰ ਬਣਾ ਲਾਂਗੇ, ਛੋਟੇ ਹੁਣ ਸੇਲ ਹੋ ਗਏ ਨੇ, ਦੋ ਪਏ ਨੇ, ਤੇ ਜਿਸ ਟਾਈਮ ਉਹ ਹੁਣ ਛੋਟੇ ਸਿਕੜਨੇ ਨੇ, ਇਹ ਸੇਲ ਹੋ ਗਏ, ਦੁਬਾਰਾ ਫਿਰ ਬਣਾ ਲਾਂਗੇ, ਸਹੀ ਹੈ ਨਾ? ਹਾਂ, ਕਿਉਂਕਿ ਜਿਹੜਾ ਤੰਦੂਰ ਹੁਣ ਨਹੀਂ ਵਧੀ ਪੀ ਨਾ, ਸਭ ਤੋਂ ਜ਼ੀਰੋ ਸਾਈਜ਼ ਵਾਲਾ ਜਿਹੜਾ ਛੋਟਾ ਤੰਦੂਰ ਆ, ਇਹ ਆ ਸਾਡੇ ਜਿਹੜੇ ਨਾ ਦੋ ਸੇਲ ਹੋਏ ਨੇ 500 ਰੁਪਏ ਦੇ, 250 ਰੁਪਏ ਦੇ, ਕਿਉਂਕਿ ਬਿਲਕੁਲ ਜਿਹੜੇ ਨਾ ਛੋਟੇ ਹੁੰਦੇ ਨੇ, ਦਾਤਰੀ ਤੇ ਕੱਪੜਾ ਜਿਹੜਾ ਨਾ ਪਿਆ, ਮੈਂ ਫਿਰ ਇੰਤਜ਼ਾਰ ਕਰ ਰਿਹਾ ਤੇਰਾ। ਹਾਂ, ਤੰਦੂਰ ਜਿਹੜਾ ਨਾ ਲਿੰਬ ਕੇ ਜਿਹੜਾ ਨਾ ਦੁਕਾਨ ਤੇ ਜਿਹੜਾ 10 ਮਿੰਟ ਬਾਅਦ 10-20 ਮਿੰਟ ਤੇ ਅਸੀਂ ਜਿਹੜਾ ਨਾ ਨੁਮਾਨ ਤੇ ਮੈਂ ਪੱਠੇ ਜਿਹੜੇ ਨਾ ਉਹ ਬਣਾ ਕੇ ਲੈ ਆਉਂਦੇ ਹਾਂ, ਫਿਰ ਬਾਕੀ ਆਣ ਕੇ ਇਨਸ਼ਾਅੱਲਾ ਜਿਹੜਾ ਨਾ ਕੰਮ ਵਗੈਰਾ ਜਿੰਨਾ ਕੁ ਰਹਿੰਦਾ ਨਾ ਇਹ ਵਾਲਾ ਜਿਹੜਾ ਨਾ ਕੰਪਲੀਟ ਕਰਾਂਗੇ। ਸੁਬਹ ਕੰਮ ਜਿਹੜਾ ਸਭ ਤੋਂ ਜ਼ਿਆਦਾ ਹੁੰਦਾ, ਇੱਕ ਤਾਂ ਜਿਹੜਾ ਨਾ ਦੁਕਾਨ ਦੀ ਸਾਫ਼ ਸਫਾਈ ਜਿਹੜਾ ਸਾਰਾ ਸਮਾਨ ਥੱਲੇ ਲਾ ਕੇ ਸੈਟਿੰਗ ਵਗੈਰਾ ਜਿਹੜੀ ਨਾ ਕਰਨੀ ਆ ਨਾ, ਇਹ ਤੋਂ ਪਹਿਲਾਂ ਜਿਹੜਾ ਸਾਰੀ ਦੁਕਾਨ ਦੀ ਜਿਹੜੀ ਚਮਕਾ ਦੇਣਾ, ਇਨਸ਼ਾਅੱਲਾ ਅਸੀਂ ਘਰ ਨੂੰ ਜਿਹੜਾ ਚਮਕਾ ਦੇਣਾ, ਦੁਕਾਨ ਨੂੰ ਜਿਹੜੀ ਨਾ ਚਮਕਾ ਦੇਣਾ, ਔਰ ਬੱਚਿਆਂ ਦੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀ ਨਾ ਕੋਸ਼ਿਸ਼ ਜਿਹੜੀ ਨਾ ਕਰਾਂਗੇ ਨਾ ਇਹ ਹੋਰ ਲੈ ਕੇ ਆਵਾਂਗੇ। ਹਾਂਜੀ, ਅਤੇ ਬੇਗਮ ਵੀ ਤੰਦੂਰ ਲਿੰਬ ਕੇ ਜਿਹੜੀ ਨਾ ਆ ਗਈ ਉਹ ਦੁਕਾਨ 'ਤੇ ਬਿਠਾਇਆ, ਨੁਮਾਨ ਤੇ ਮੈਂ ਜਿਹੜੇ ਚੱਲਿਆ ਪੱਠੇ ਜਿਹੜੇ ਨਾ ਸਭ ਤੋਂ ਪਹਿਲੇ ਜਿਹੜੇ ਨਾ ਵੱਢ ਕੇ ਲਾਇਆ ਜੀ, ਤਾਂ ਕਿ ਜਿਹੜੇ ਨਾ ਟਾਈਮ ਨਾਲ ਉਹਨਾਂ ਨੂੰ ਅੱਜ ਨੁਮਾਨ ਬੱਕਰੇ ਨੂੰ ਉਰੇ ਬੰਨ ਲੈਣਾ, ਸਹੀ ਨਾ? ਕੱਲ੍ਹ ਵੀ ਜਿਹੜੇ ਨਾ ਲੇਟ ਜਿਹੜੇ ਨਾ ਬੰਨੇ ਸੀ, ਕਿਉਂਕਿ ਮਿੱਟੀ ਜਿਹੜੀ ਨਾ ਪਾਉਣਾ ਸੀ, ਬਲਕਿ ਅੱਜ ਵੀ ਜਿਹੜੇ ਨਾ ਲੇਟ ਹੀ ਉਹਦੀ ਸਾਈਡ 'ਤੇ ਜਿਹੜੇ ਨਾ ਭੱਜਣੇ ਨੇ, ਕਿਉਂਕਿ ਮਿੱਟੀ ਜਿਹੜੀ ਨਾ ਬੀਜੀ ਪਈ ਆ। ਮੈਂ ਆਪਣਾ ਵਾਪਸੀ ਪੱਠੇ ਵੱਢ ਕੇ ਅਤੇ ਬੇਗਮ ਨੇ ਜਿਹੜੇ ਨਾ ਮਿੱਟੀ ਜਿਹੜੀ ਨਾ ਇਹ ਪਾਉਣੀ ਜਿਹੜੀ ਨਾ ਸ਼ੁਰੂ ਕਰਨੀ ਆ, ਔਰ ਇੱਥੋਂ ਨਾਲ ਜਿਹੜੇ ਨਾ ਅਸੀਂ ਕਾਫੀ ਸਾਰਾ ਸਫ਼ਰ ਬਣਦਾ, ਬਸ ਸਾਡੇ ਆਉਣ ਜਾਣ ਦਾ ਸਫ਼ਰ ਲੱਗਦਾ, ਪੱਠੇ 'ਤੇ ਜਿਹੜਾ ਤਕਰੀਬਨ 6-7 ਮਿੰਟ ਹੀ ਲੱਗਦੇ ਨੇ ਵੱਢਣ 'ਤੇ, ਕਿਉਂਕਿ ਅਸੀਂ ਜਿਹੜੇ ਨਾ ਕਿਹੜੇ ਜ਼ਿਆਦਾ ਵੱਢਣੇ ਹੁੰਦੇ ਨਾ, ਉਹ ਸਾਹਮਣੇ ਜਿਹੜੇ ਨਾ ਅਸੀਂ ਜਾਣਾ ਇੱਥੋਂ ਉਹ ਦਾੜ ਕੋਲ ਜਿਹੜੇ ਇੰਜ, ਅਤੇ ਉਹ ਉੱਥੇ ਪੱਠੇ ਜਿਹੜੇ ਨਾ ਖੜ੍ਹੇ ਨੇ ਸਾਡੇ, ਹੈਂ? ਹਾਂ, ਔਰ ਸੁਬਹ ਜਿਹੜੇ ਨਾ ਬੱਕਰਿਆਂ ਦੀ ਜਿਹੜੀ ਡਬਲ ਦਾਵਤ ਕਰਨੀ, ਡਬਲ ਦਾਵਤ ਇੰਝ ਹੋਣੀ ਆ ਕਿ ਪੱਠੇ ਵੀ ਲੈ ਆਵਾਂਗੇ, ਗਾਹ ਵੀ ਨਾਲ ਲੈ ਆਵਾਂਗੇ, ਨਾਲ ਜਿਹੜਾ ਬੱਕਰਿਆਂ ਵਾਸਤੇ ਜਿਹੜਾ ਫਰੂਟ ਉਹ ਵੀ ਲੈ ਕੇ ਆਵਾਂਗੇ, ਸਹੀ ਨਾ ਨੁਮਾ? ਹਾਂ, ਸੇਬ ਜਿਹੜੇ ਨੇ 1 ਕਿਲੋ ਜਿਹੜਾ ਬੱਕਰਿਆਂ ਵਾਸਤੇ ਲੈ ਆਵਾਂਗੇ, ਜਿੰਨੇ ਜਿਹੜਾ ਮਹਿੰਗੇ ਮਿਲੇ ਉਹਨਾਂ ਵਾਸਤੇ ਜਿਹੜਾ ਲਾਜ਼ਮਨ ਜਿਹੜਾ ਲੈ ਕੇ ਆਉਣੇ ਸੀ, ਕਿਉਂਕਿ ਜਿਹੜਾ ਸਵੇਰੇ ਉਹ ਸਾਡੇ ਕੋਲ ਆਖਰੀ ਦਿਨ ਜਿਹੜਾ ਮਹਿਮਾਨ ਆਉਣੇ ਨੇ, ਇਸ ਕਰਕੇ ਜਿਹੜਾ ਲਾਜ਼ਮਨ ਅਸੀਂ ਜਿਹੜਾ ਲੈ ਕੇ ਆਉਣੇ ਨੇ, ਔਰ ਤਿਲਾਂ ਨੂੰ ਜਿਹੜਾ ਪਾਣੀ ਲੱਗਿਆ ਪਿਆ। ਹੁਣ ਤਿਲ ਜਿਹੜਾ ਜ਼ਿਆਦਾ ਗਰੋ ਕਰਨਗੇ, ਫਲ ਤਾਂ ਜਿਹੜਾ ਲੱਗਿਆ ਹੋਇਆ ਕਾਫੀ ਸਾਰਾ, ਜਿਹੜਾ ਤਿਲ ਨਾਲ ਜਿਹੜਾ ਲੱਗੇ ਹੋਣ ਇੱਥੋਂ ਜਿਹੜਾ ਨਜ਼ਰ ਆ ਰਿਹਾ, ਮਾਸ਼ਾਅੱਲਾ, ਅੱਲਾ ਪਾਕ ਜਿਹੜਾ ਉਹਨਾਂ ਦੀ ਰਿਜ਼ਕ ਜਿਹੜਾ ਬਰਕਤ ਦੇਵੇ। ਬਹੁਤ ਮਿਹਨਤ ਜਿਹੜਾ ਕਿਸਾਨ ਕਰਦਾ, ਬਹੁਤ ਜ਼ਿਆਦਾ ਜਿਹੜਾ ਮਿਹਨਤ ਕਰਦਾ, ਜਿੰਨੀ ਕਹੀ ਜਾਵੇ ਉਨੀ ਜਿਹੜਾ ਕੰਮ ਆ, ਕਿਉਂਕਿ ਜਿਹੜਾ ਵਾਹੀ ਨੂੰ ਜਿਹੜਾ ਪਾਲ ਪਾਲ ਕੇ ਜਿਹੜਾ ਵੱਡਿਆਂ ਕਰਨਾ ਜਿਹੜਾ ਬਹੁਤ ਹੀ ਮੁਸ਼ਕਿਲ ਜਿਹੜਾ ਕੰਮ ਆ, ਛੋਟਾ ਜਿਹਾ ਗਾਰਡਨ ਆ ਉਹ ਬੜਾ ਔਖਾ ਜਿਹੜਾ ਸੰਭਾਲਿਆ ਜਾਂਦਾ, ਜਿੰਨੀ ਮਾਸ਼ਾਅੱਲਾ ਜਿਹਨੇ ਫਸਲ ਨੂੰ ਸੰਭਾਲਣਾ ਜਿਹੜਾ ਬਹੁਤ ਹੀ ਮਿਹਨਤ ਦਾ ਜਿਹੜਾ ਕੰਮ, ਔਰ ਇੱਥੋਂ ਜਿਹੜਾ ਸਾਡੀ ਉਹ ਦੁਕਾਨ ਜੀ ਨਜ਼ਰ ਆ ਰਹੀ ਨੁਮਾਨ, ਔਰ ਅਸੀਂ ਉਸ ਬੰਨੇ 'ਤੇ ਜਿਹੜਾ ਇੰਝ ਜਾਣਾ, ਉੱਥੋਂ ਫਿਰ ਇੰਝ ਜਾਣਾ ਤਾਂ ਉਹ ਸਾਹਮਣੇ ਪੱਠੇ ਖੜ੍ਹੇ ਨੇ, ਔਰ ਇਸ ਟਾਈਮ ਜਿਹੜਾ ਸੇਕਾ ਵੀ ਕਾਫੀ ਸਾਰਾ ਹੁੰਦਾ, ਔਰ ਇਸ ਟਾਈਮ ਜਿਹੜਾ ਪੱਠੇ ਅਸੀਂ ਜਿਹੜੇ ਵੱਢਣ ਆ ਜਾਂਦੇ ਹਾਂ ਨਾ, ਕਿਉਂਕਿ ਜਿਹੜਾ ਬਾਅਦ ਜਿਹੜਾ ਬੇਗਮ ਨੇ ਫਿਰ ਰੋਟੀ ਸਾਲਾਂ ਦੇ ਜਿਹੜਾ ਕਰਨਾ ਹੁੰਦਾ, ਇਸ ਵਜ੍ਹਾ ਤੋਂ ਟਾਈਮ ਨਾਲ ਜਿਹੜਾ ਪੱਠੇ ਅਸੀਂ ਜਿਹੜਾ ਵੱਢ ਲੈਂਦੇ ਹਾਂ। ਹੋਰ ਨੁਮਾਨ ਨਾਲ ਜਿਹੜਾ ਵਾਅਦਾ ਕੀਤਾ ਹੋਇਆ ਕਿ ਇਸ ਤੋਂ ਬਾਅਦ ਜਿਹੜਾ ਨੁਮਾਨ ਛੋਟੇ ਛੋਟੇ ਬੱਕਰੇ ਜਿਹੜਾ 1-2 ਲੈ ਕੇ ਦੇਵਾਂਗਾ, ਥੋੜ੍ਹੇ ਵੱਡੇ ਲੈ ਕੇ ਦਿਓ, ਚਲੋ ਠੀਕ, ਹੋਰ ਕਮਸ ਕਮ ਇੱਡੇ ਲੈ, ਏਡੇ ਏਡੇ ਤਾਂ ਆਪਣੇ ਕੋਲ ਹੈ, ਠੀਕ ਹੈ। ਅਸੀਂ ਵੀ ਜਿਹੜਾ ਪੱਠਿਆਂ ਦੇ ਟੱਕ 'ਤੇ ਜਿਹੜਾ ਪਹੁੰਚਿਆ, ਲੇਕਿਨ ਜਿਹੜਾ ਪੱਠੇ ਜਿਹੜਾ ਸਾਡੇ ਕਿਸੇ ਨੇ ਸਾਡੇ ਟੱਕ ਤੋਂ ਜਿਹੜਾ ਕਟਾਈ ਜਿਹੜਾ ਕੀਤੇ ਨੇ, ਕਿਉਂਕਿ ਅਸੀਂ ਜਿਹੜਾ 2 ਦਿਨ ਪੱਠੇ ਜਿਹੜਾ ਵੱਡੇ ਨੇ, 2 ਦਿਨ ਵੱਡੇ ਨੇ, 3 ਦਿਨ ਵੱਡੇ, ਇੰਨੇ ਇੰਨੇ ਜਿਹੜਾ ਵੱਡੇ ਨੇ, ਔਰ ਅਸੀਂ ਜਿਹੜੀ ਨਿਸ਼ਾਨੀ ਲਾ ਕੇ ਗਏ ਸੀ ਇਸ ਜਗ੍ਹਾ 'ਤੇ, ਇਹ ਲਈ ਅਸੀਂ ਨਿਸ਼ਾਨੀ ਜਿਹੜਾ ਲਾ ਕੇ ਗਏ ਸੀ ਕੱਲ੍ਹ, ਅਤੇ ਇੱਥੋਂ ਜਿਹੜਾ ਇੰਨੇ ਅੱਗੇ ਜਿਹੜਾ ਪੱਠੇ ਜਿਹੜਾ ਇਹਦੀ ਸਾਈਡ ਤੋਂ ਜ਼ਿਆਦਾ ਵੱਡੇ ਗਏ। ਹੁਣ ਫਿਰ ਨੁਮਾਨ,
ਚਲੋ ਫਿਲਹਾਲ ਕੀ ਕਰ ਸਕਦੇ ਆ, ਇਹ ਜਿਹੜੇ ਪੱਠੇ ਵੱਢਣੇ ਆ ਜਿਹੜੇ ਖੜੇ ਨੇ। ਹਾਂਜੀ, ਤੇ ਪੱਠੇ ਜਿਹੜੇ ਨੇ ਅਸੀਂ ਵੱਢ ਲਏ ਔਰ ਚੱਲੇ ਹਾਂ ਜਿਹੜੇ ਨਾ ਘਰ ਜਿਹੜੇ ਨਾ ਵਾਪਸ। ਔਰ ਪਿੱਛੇ ਜਿਹੜੇ ਨਾ ਸਾਡੇ ਸੁਬਹ ਦੇ ਦਿਨ ਦੇ ਜਿਹੜੇ ਨਾ ਖੜੇ ਨੇ, ਇੰਨੇ ਪੱਠੇ ਜਿਹੜੇ ਨਾ ਹੋਰ ਖੜੇ ਨੇ ਮਰਲੇ ਚ ਪਰੂ ਜਿਹੜੇ ਨਾਪ ਕੇ ਬਾਈ ਔਰ ਜਿਹੜੇ ਨਾ ਛੱਡ ਦੇਣ, ਅਤੇ ਸੁਬਹ ਦੀ ਦਿਹਾੜੀ ਜਿਹੜੇ ਨਾ ਪੱਠੇ ਜਿਹੜੇ ਸਾਨੂੰ ਹੋਰ ਮਿਲ ਜਾਣ। ਔਰ ਗਾਹ ਜਿਹੜੇ ਨਾ ਇਸ ਕਮਾਨ ਦੇ ਚ ਜਿਹੜੇ ਨਾ ਖੜਾ ਹੋਇਆ ਸੁਬਹ ਜਿਹੜੇ ਨਾ ਕੋਈ ਇੱਥੋਂ ਹੀ ਜਿਹੜੇ ਨਾ ਗਾਹ ਜਿਹੜੇ ਨਾ ਬਣਾ ਲਵਾਂਗੇ ਸਹੀ ਨੇ ਨੁਮਾਨ, ਔਰ ਪੱਠੇ ਵੀ ਇੱਥੋਂ ਵੜ ਲਵਾਂਗੇ ਆਣ ਕੇ ਔਰ ਨਾਲ ਜਿਹੜਾ ਥੋੜ੍ਹਾ ਬਹੁਤਾ ਜਿਹੜੇ ਨਾ ਗਾਹ ਇਹ ਵੀ ਬਣਾ ਲਵਾਂਗੇ। ਹਾਂਜੀ, ਤੇ ਪੱਠੇ ਲੈ ਕੇ ਘਰੇ ਜਿਹੜੇ ਨਾ ਮੈਂ ਆ ਗਿਆ ਔਰ ਆਪਣੇ ਜਿਹੜੇ ਨਾ ਪੱਠੇ ਵੀ ਥੋੜੇ ਜਿਹੇ ਕਿਸੇ ਨੇ ਵੱਢੇ ਹੋਏ ਸੀ। ਚਲੋ ਨਹੀਂ ਕੋਈ ਨਹੀਂ, ਜ਼ਰੂਰਤ ਪੁੱਛਣ ਦੀ, ਆਪਾਂ ਨੂੰ ਇੱਕ ਦਿਨ ਹੋਰ ਪੱਠੇ ਚਾਹੀਦੇ ਨੇ, ਪਹਿਲੇ ਪਏ ਇੱਕ ਦਿਨ ਦੇ ਚਾਹੀਦੇ ਨੇ ਤੇ ਇੱਕ ਦਿਨ ਦੇ ਖੜੇ ਨੇ ਪਿੱਛੇ ਪੱਠੇ, ਸਹੀ ਨਾ। ਵੈਸੇ ਹੀ ਆਪਾਂ ਜਿਹੜੇ ਨਾ ਉੱਥੇ ਖੜੇ ਛੱਡ ਦੇਣੇ ਸੀ, ਵੱਧ ਵੀ ਜਾਂਦੇ ਆਪਾਂ ਕਿਹੜੇ ਬਾਅਦ ਕਿਸੇ ਨੂੰ ਪਾਉਣੇ ਸੀ। ਔਰ ਅਸੀਂ ਜਿਹੜੇ ਨਾ ਪਹਿਲੇ ਤੰਦੂਰ ਜਿਹੜੇ ਨਾ ਕੱਢ ਲਈ, ਬਾਅਦ ਬੇਗਮ ਨੇ ਜਿਹੜੇ ਨਾ ਗੋਣੀਆਂ ਮਿੱਟੀ ਤੇ ਮੈਂ ਪਹਿਲੇ ਜਿਹੜੇ ਨਾ ਤੰਦੂਰ ਕੱਢ ਲਈਏ। ਹਾਂ ਚਲੋ ਠੀਕ ਹੈ, ਤੰਦੂਰ ਕੱਢ ਕੇ ਹਾਂ ਸ਼ਹਿਰ, ਕਿਉਂਕਿ ਮੈਂ ਵੀ ਜਾਣਾ ਅੱਜ ਜਿਹੜੀ ਸੇਲ ਹੋਈ ਨੇ ਸਾਰਿਆਂ ਦੀ ਜਿਹੜਾ ਇਨਸ਼ਾਲਾ ਬੋਤਲਾਂ ਜਿਹੜੀ ਨਾ ਉਹ ਲੈ ਕੇ ਆਉਂਦੇ ਹਾਂ, ਕਿਉਂਕਿ ਈਦ ਤੇ ਜਿਹੜੀ ਨਾ ਬੋਤਲਾਂ ਚੱਲਣੀਆਂ ਨਾ, ਵੇਖਦੇ ਹਾਂ ਕਿੰਨੀਆਂ ਜਿਹੜੀ ਨਾ ਲੈਣ ਮੋਟਰਸਾਈਕਲ ਤੇ ਜਿਹੜੀ ਨਾ ਲੈਣੀਆਂ ਨੇ, ਤੇ ਮੈਂ ਵੀ ਜਿਹੜਾ ਤੰਦੂਰ ਕੱਢ ਲਈ ਔਰ ਉਹ ਮੁਸ਼ਕਿਲ ਥੋੜ੍ਹਾ ਨਿਕਲ ਗਿਆ ਤਾਂ ਆਸਾਨੀ ਨਾਲ ਨਿਕਲ ਜਾਣਗੇ ਐਵੇਂ ਨਾ। ਹਾਂਜੀ, ਤੇ ਤੰਦੂਰ ਤੇ ਜਿਹੜਾ ਅਸੀਂ ਬੈਰ ਜਿਹੜਾ ਕੱਢ ਲਏ ਦੋ ਠੀਕ ਨਿਕਲੇ, ਲੇਕਿਨ ਵੱਡੇ ਤੰਦੂਰ ਦੇ ਟੋਏ ਦਾ ਨੁਕਸਾਨ ਕਾਫੀ ਸਾਰਾ ਹੋ ਗਿਆ ਔਰ ਇਤਨੀ ਮਿਹਨਤ ਜਿਹੜਾ ਅਸੀਂ ਕੱਢਿਆ ਨਾ ਸਾਰਾ ਟੋਇਆ ਜਿਹੜਾ ਖਰਾਬ ਹੋ ਗਿਆ, ਨਾਲ ਜਿਹੜਾ ਚੰਬੜ ਗਿਆ ਸੀ ਰੇਤ ਜਿਹੜੀ ਨੇ ਬੈਕ ਸਾਈਡ ਤੇ ਜਿਹੜਾ ਥੋੜੀ ਆਈ ਇਸ ਵਜ੍ਹਾ ਤੇ ਜਿਹੜਾ ਨਾਲ ਚੰਬੜ ਗਿਆ। ਉਹ ਸਮਾਂ ਕਿੰਨੀ ਮਿਹਨਤ ਜਿਹੜਾ, ਦਸਾਂ ਤੰਦੂਰਾਂ ਤੇ ਜਿਹੜਾ ਕੋਈ ਲੱਗਦੀ ਨਹੀਂ, ਇੱਕ ਤੰਦੂਰ ਤੇ ਲੱਗੀ ਸੀ ਕਿਉਂਕਿ ਜਿਹੜਾ ਫਿਰ ਅਹਤਿਆਤ ਨਾਲ ਜਿਹੜਾ ਕੱਢਣਾ ਪੈਂਦਾ ਨਾ ਵੀ ਟੁੱਟ ਵੀ ਨਾ ਜਾਵੇ ਸਾਰੀ ਮਿਹਨਤ ਜਿਹੜੀ ਜ਼ਾਇਆ ਜਾਵੇਗੀ। ਚਲੋ ਤਿੰਨੇ ਜਿਹੜਾ ਖੈਰ ਸਲਾਮਤ ਨਿਕਲ ਗਏ, ਨਹੀਂ ਨਹੀਂ ਸਹੀ ਨਿਕਲ ਗਿਆ। ਅੱਛਾ ਜੀ, ਔਰ ਜੀ ਅੱਜ ਦੇ ਵਾਲਾ ਵਿਲਾਗ ਵੀ ਕਰ ਰਹੇ ਇੱਥੇ ਖਤਮ, ਇਨਸ਼ਾਲਾ ਮਿਲਦੇ ਹਾਂ ਇੱਕ ਸਨੈਕਸ ਅੱਛੇ ਤੋਂ ਅੱਛੇ ਵਿਲਾਗ ਦੇ ਵਿੱਚ। ਆਪਣਾ ਢੇਰ ਸਾਰਾ ਖਿਆਲ ਰੱਖਿਆ ਜੇ, ਦੁਆਵਾਂ 'ਚ ਯਾਦ ਰੱਖਿਆ ਜੇ, ਇਹਨਾਂ ਦੁਆਵਾਂ ਦੇ ਨਾਲ ਦੇ ਇਜਾਜ਼ਤ, ਅੱਲਾਹ ਹਾਫਿਜ਼।